ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਚੀਫ ਐਡਮਿਨਿਸਟ੍ਰੇਟਰ ਡਿਪਟੀ ਉੱਪਲ ਦੀਆਂ ਹਦਾਇਤਾਂ 'ਤੇ ਮੀਟਿੰਗ ਅਸਿਸਟੈਂਟ ਚੀਫ ਐਡਮਿਨਿਸਟ੍ਰੇਟਰ TPS ਸੰਧੂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਯੋਜਨਾ ਦੇ ਤਹਿਤ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਅਨਅਧਿਕਾਰਿਤ ਕਲੋਨੀਆਂ ਨੂੰ ਰੈਗੂਲਰ ਕਰਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੀਟਿੰਗ ਵਿੱਚ ਮੌਜੂਦ ਬਿਲਡਰਸ ਅਤੇ ਕੋਲੋਨਾਈਜ਼ਰਾਂ ਦੇ ਸੁਝਾਵ ਲਏ ਗਏ ਅਤੇ ਸਕੀਮ ਨੂੰ ਲੈ ਕੇ ਉਹਨਾਂ ਦੇ ਸੰਸ਼ੇ ਦੂਰ ਕੀਤੇ ਗਏ। ਅਪੀਲ ਕੀਤੀ ਗਈ ਹੈ ਕਿ ਅਨਅਧਿਕਾਰਿਤ ਕਲੋਨੀਆਂ ਨੂੰ ਰੈਗੂਲਰ ਕਰਾਉਣ ਲਈ ਬਿਲਡਰਸ ਅਤੇ ਕੋਲੋਨਾਈਜ਼ਰ ਇਸ ਸਕੀਮ ਦਾ ਫਾਇਦਾ ਲੈਣ। ਮੀਟਿੰਗ ਵਿੱਚ ਸਕੀਮ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ ਗਈ। जो सरकार ने पॉलिसी निकाली है उसमें सभी के लिए काफ़ी अच्छे प्रोविजंस हैं, क्योंकि अगर कोई कॉलोनाइजर जिन्होंने हमारे पास पहले अप्लाई किया था पुरानी पॉलिसीज़ के तहत में, वो केसेस प्रोसेस नहीं हुए और वो चाहते हैं कि पुरानी पॉलिसी के हिसाब से ही उनके केस प्रोसेस हों, तो अब ये प्रोविज़न है कि पुरानी पॉलिसी के हिसाब से केस प्रोसेस किए जाएंगे। अगर वो चाहते हैं कि जो नई पॉलिसी आई है उस हिसाब से केस प्रोसेस करने हैं तो वो नई के हिसाब से कर दिए जाएंगे। दैट इज़ नॉट एन इशू मच। मैं यही चाहूँगी कि ज़्यादा से ज़्यादा नंबर में अप्लाई करें, बिकॉज़ जो ब्रैकेट है जिस टाइम के लिए खोला गया है वो टोटल 4 मंथ है। जितने जल्दी केस प्रोसेस होंगे, जितनी जल्दी आप अप्लाई करेंगे, उतनी स्पीडली हम केस प्रोसेस कर पाएंगे। इनकी फैसिलिटेशन के लिए हम इंश्योर कर रहे हैं कि क्योंकि ये सारा काम इस पर ऑनलाइन किया जा रहा है, तो HDFC बैंक के मेन ब्रांचेज जो हैं, नोडल ब्रांचेज, उनको मेन सेंटर बनाया गया है जहाँ पे ये अप्लाई कर सकते हैं, केसेस को घर बैठ के भी अप्लाई कर सकते हैं। पंजाब सरकार वालों 18 अक्टूबर 2018 नूं जिहड़ी अनऑथराइज्ड कलोनीज ने उन्हां वास्ते पॉलिसी जारी की गई है। अज असीं जिहड़ी साडी अथॉरिटी दे 4 जिले ने अमृतसर, गुरदासपुर, पठानकोट एंड तरन तारण, उत्थों दे कोलोनाइजर्स नूं बुलाया सी ਤਾਂ ਕਿ ਜਿਹੜੀ ਸਰਕਾਰ ਦੀ ਪੋਲਿਸੀ ਆ ਇਹਦੇ ਬਾਰੇ 'ਚ ਇਹਨਾਂ ਨੂੰ ਸਮਝਾਇਆ ਜਾ ਸਕੇ, ਜਿਹੜੇ ਵਿੱਚ ਕੋਈ ਡਾਊਟਸ ਹੈਗੇ ਉਹਨਾਂ ਨੂੰ ਉਹਨਾਂ ਬਾਰੇ ਦੱਸਿਆ ਜਾ ਸਕੇ, ਤਾਂ ਕਿ ਉਹ ਸਮੇਂ ਸਿਰ ਜਿਹੜਾ ਵਾ ਉਹ ਆਪਣੀ ਕਲੋਨੀ ਨੂੰ ਅਪਲਾਈ ਕਰਨ। ਅਪਲਾਈ ਕਰਕੇ ਜਿਹੜੀ ਉਹਨਾਂ ਦੀ ਅਨਔਥੋਰਾਈਜ਼ ਇੰਨੇ ਚਿਰ ਤੋਂ ਚੱਲੀ ਆ ਰਹੀ ਸੀ, ਉਹਨੂੰ ਰੈਗੂਲਰਾਈਜ਼ ਕਰਾ ਸਕਣ। ਆਲਰੇਡੀ ਅਸੀਂ ਅਨਔਥੋਰਾਈਜ਼ ਕਲੋਨੀ ਡਿਟੈਕਟ ਕੀਤੀਆਂ ਨੇ, ਕਿਉਂਕਿ 19 ਮਾਰਚ 2018 ਤੋਂ ਪਹਿਲਾਂ ਸਰਕਾਰ ਨੇ ਸਾਡੇ ਕੋਲ ਸਾਰੀਆਂ ਇਹਦੇ ਬਾਰੇ 'ਚ ਇਨਫੋਰਮੇਸ਼ਨ ਲਈ ਵੀ ਕਿਹੜੀਆਂ ਕਿਹੜੀਆਂ ਕਲੋਨੀਆਂ ਅਨਔਥੋਰਾਈਜ਼ ਹੈਗੀਆਂ, ਅਸੀਂ ਆਰੇ ਡਿਟੈਕਟ ਕਰਕੇ ਸਾਡੇ ਕੋਲ ਲਿਸਟ ਹੈਗੀ, ਅਸੀਂ ਗੌਰਮੈਂਟ ਨੂੰ ਵੀ ਭੇਜੀ ਸੀ, ਕਿਉਂਕਿ ਉਸ ਤੋਂ ਪਹਿਲਾਂ ਵੀ 20 ਮਾਰਚ ਨੂੰ ਵੀ ਆਈ ਸੀ ਪੋਲਿਸੀ, ਉਸੇ ਪੋਲਿਸੀ 'ਚ ਕੋਈ ਚੇਂਜਿਸ ਜਿਹੜੀਆਂ ਹੋਈਆਂ ਨੇ ਹੁਣ ਆਈਆਂ ਨੇ, ਕਿਉਂਕਿ ਸਾਨੂੰ ਸਾਰੀ ਲਿਸਟ ਆ। ਉਸ ਤੋਂ ਇਲਾਵਾ ਵੀ ਜੇ ਕੋਈ ਅਨਔਥੋਰਾਈਜ਼ ਕਲੋਨੀਜ਼ ਹੈਗੀਆਂ ਜਾਂ ਹੋਣਗੀਆਂ ਉਹਨਾਂ ਨੂੰ ਡਿਟੈਕਟ ਕਰਨ ਵਾਸਤੇ ਵੀ ਸਰਕਾਰ ਨੇ ਕਮੇਟੀ ਬਣਾਈ ਆ, ਕੁਛ EU ਰੈਗੂਲੇਟਰੀ ਕੰਸਰਨਡ SDM ਐਂਡ ਐਗਜੈਕਟਿਵ ਮਜਿਸਟਰੇਟ ਜਾਂ ਜਿਹਨੂੰ ਤਹਿਸੀਲਦਾਰ, ਨੈਬ ਤਹਿਸੀਲਦਾਰ ਕਹਿੰਦੇ, ਉਹ ਸਾਰੇ ਅਸੀਂ ਇਕੱਠੀ ਸਾਡੀ ਕਮੇਟੀ ਆ ਕਿ ਉਹ ਅਸੀਂ ਡਿਟੈਕਟ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਹੋਰ ਅਨਔਥੋਰਾਈਜ਼ ਕਲੋਨੀਆਂ ਹੈਗੀਆਂ ਨੇ। ਜਿਹੜੀਆਂ ਵੀ ਅਨਔਥੋਰਾਈਜ਼ ਕਲੋਨੀਆਂ 19 ਮਾਰਚ 2018 ਤੋਂ ਬਾਅਦ 'ਚ ਹੋਣ 'ਚ ਆਈਆਂ ਹੋਣਗੀਆਂ ਉਹਨਾਂ ਦੇ ਖਿਲਾਫ਼ ਐਕਸ਼ਨ ਲਿਆ ਜਾਣਾ ਸਖ਼ਤ, ਉਹਨਾਂ ਨੂੰ ਬੰਦ ਕਰਾਂਗੇ। ਪੀਨਲ ਹੈਗਾ ਉਹਨਾਂ 'ਤੇ, ਕ੍ਰਿਮੀਨਲ ਕੇਸ ਵੀ ਉਹਨਾਂ ਦੇ ਖਿਲਾਫ਼ ਅਸੀਂ ਰਜਿਸਟਰਡ ਕਰਾ ਸਕਦੇ ਹਾਂ। ਜਿਹੜੀਆਂ ਉਸ ਤੋਂ ਪਹਿਲਾਂ ਹੋਣ 'ਚ ਹੈਗੀਆਂ ਨੇ ਉਹਨਾਂ ਨੇ ਸਾਨੂੰ ਜਿਹੜਾ ਰੈਗੂਲਰਾਈਜੇਸ਼ਨ ਵਾਸਤੇ ਅਪਲਾਈ ਕਰਨਾ, ਉਸ ਰੈਗੂਲਰਾਈਜੇਸ਼ਨ ਦੇ ਵਿੱਚ ਵੀ ਸਰਕਾਰ ਨੇ 4 ਕੈਟਾਗਰੀਜ਼ ਬਣਾਈਆਂ ਨੇ ਵੀ ਅਪ ਟੂ 25% ਜਿਹੜਾ ਪਲਾਟ ਜੇ ਉਹਨੇ ਵੇਚ ਚੁੱਕਾ ਜਾਂ ਸੋਲਡ ਹੋ ਚੁੱਕੇ ਆ ਤਾਂ ਉਸ ਕੈਟਾਗਰੀ 'ਚ ਅਪਲਾਈ ਕਰੇਗਾ। 25 ਤੋਂ 50% ਵਾਲੀ ਸੈਕਿੰਡ ਕੈਟਾਗਰੀ ਆ, 50 ਤੋਂ ਉੱਪਰ ਤੀਸਰੀ ਆ, ਅਤੇ ਇੱਕ ਸਪੈਸ਼ਲ ਕੈਟਾਗਰੀ ਜੇ 75% ਤੋਂ ਉੱਪਰ
ਕਿਉਂਕਿ ਜਿਹੜੇ ਬਹੁਤ ਪੁਰਾਣੀਆਂ ਕਲੋਨੀਜ਼ ਹੈਗੀਆਂ ਨੇ ਕੋਈ ਉੱਥੇ 75% ਉੱਪਰ ਜਿੱਥੇ ਪਲਾਟ ਆਲਰੇਡੀ ਬਣ ਚੁੱਕੇ ਨੇ, ਉਹਨਾਂ ਵਾਸਤੇ ਵੀ ਕਮੇਟੀ ਜਿਹੜੀ ਆ ਉਹ ਉਹਨਾਂ ਨੂੰ ਰੈਗੂਲਰਾਈਜ਼ ਜਿਹੜੀ ਕਰੇਗੀ।